ਹੈਲੋ ਡੀਅਰ ਸਟੂਡੈਂਟਸ ਅੱਜ ਅਸੀਂ ਇਕਾਂਗੀ ਸੁਹਾਗ ਦਾ ਪੰਨਾ ਨੰਬਰ 14 15 ਅਤੇ 16 ਰੀਡ ਕਰਾਂਗੇ ਪਹਿਲਾਂ ਅਸੀਂ ਪੜ ਚੁੱਕੇ ਹਾਂ ਕਿ ਨੈਣ ਕੋਰਾਂ ਦੇ ਘਰ ਭਗਤਾਂ ਦੇ ਮੁੰਡੇ ਦੀ ਭਾਜੀ ਦੇਣ ਆਉਂਦੀ ਹੈ ਤੇ ਕੋਰਾਂ ਦੀ ਵੱਡੀ ਧੀ ਮੇਲੋ ਦੇ ਵਿਆਹ ਦੀ ਗੱਲ ਕਰਦੀ ਹੈ ਨੈਣ ਨੂੰ ਗੱਲਬਾਤ ਦੇ ਦੌਰਾਨ ਪਤਾ ਲੱਗਦਾ ਹੈ ਕਿ ਮੇਲੋ ਦਾ ਰਿਸ਼ਤਾ ਜੰਡਪੁਰੇ ਤੈ ਹੋਇਆ ਹੈ ਤੇ ਉਹ ਕੋਰਾਂ ਨੂੰ ਦੱਸਦੀ ਹੈ ਕਿ ਜੰਡਪੁਰੇ ਉਸਦੇ ਪੇਕੇ ਪਿੰਡ ਦੇ ਕੋਲ ਹੀ ਹੈ ਹੁਣ ਕੋਰਾ ਨੂੰ ਇਸ ਰਿਸ਼ਤੇ ਦੀ ਸਾਰੀ ਸਚਾਈ ਨੈਣ ਦੇ ਮੂਹੋਂ ਪਤਾ ਲੱਗਦੀ ਹੈ ਹੁਣ ਅਸੀਂ ਪੇਜ ਨੰਬਰ 14 ਰੀਡ ਕਰਾਂਗੇ ਰੀਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਔਖੇ ਸ਼ਬਦਾਂ ਦੇ ਅਰਥ ਲਿਖਾਂਗੇ ਬੇਟਾ ਕਮਲੀ ਸ਼ਦੈਨ ਜਾਂ ਝੱਲੀ ਵੀ ਕਿਹਾ ਜਾ ਸਕਦਾ ਹੈ ਘਰ ਪੈਰ ਕਿਉਂ ਨਹੀਂ ਲੱਗਦੇ ਘਰ ਪੈਰ ਨਾ ਲੱਗਣਾ ਮੀਨਸ ਟੇਕੇ ਨਾ ਬੈਠਣਾ ਦੁਪੱਟੇ ਚੁੰਨੀ ਨਾਉ ਕਾਰੇ ਮਾਰੇ ਕੰਮ ਜ਼ਹਿਰ ਲੱਗਦੇ ਨੇ ਚੰਗੇ ਨਹੀਂ ਲੱਗਦੇ ਮੈਂ ਤੇਰੇ ਹੱਥੋਂ ਸੱਤ ਗਈਆਂ ਤੰਗ ਆ ਗਈਆਂ ਜਾਂ ਪਰੇਸ਼ਾਨ ਹੋ ਚੁੱਕੀ ਹਾਂ ਦੈਨ ਜੀ ਸਾਰ ਸੁਟਿਆ ਏ ਮਨ ਖਰਾਬ ਕਰ ਦਿੰਦਾ ਏ ਹੁਣ ਬੇਟਾ ਅਸੀਂ ਰੀਡਿੰਗ ਸ਼ੁਰੂ ਕਰਾਂਗੇ ਹੁਸ਼ਿਆਰ ਚੰਦ ਮੁੰਨੀ ਮਾਂ ਕਿੱਥੇ ਆਈ ਲਾਜੋ ਹੈਰਾਨ ਹੋ ਕੇ ਸਿਰ ਚੁੱਕ ਕੇ ਪਿਓ ਵੱਲ ਵੇਖਦੀ ਹੈ ਕਹਿੰਦੀ ਸੀ ਹੁਣੇ ਆਉਣੀ ਆ ਹੁਸ਼ਿਆਰ ਚੰਦ ਮੈਂ ਪੁੱਛਣਾ ਉਹ ਹੈ ਕਿੱਥੇ ਲਾਜੋ ਉਹ ਕਹਿੰਦੀ ਸੀ ਮੈਂ ਛੇਤੀ ਆਵਾਂਗੀ ਭਾਈਆ ਆਵੇ ਤੇ ਉਹਨੂੰ ਕਹਿ ਦੇਈ ਮੈਂ ਛੇਤੀ ਆਵਾਂਗੀ ਹੁਸ਼ਿਆਰ ਚੰਦ ਕਿੱਡੀ ਕਮਲੀ ਏ ਜਾ ਸੱਦ ਲਿਆ ਉਹਨੂੰ ਕਹੋ ਛੇਤੀ ਆਵੇ ਲਾਜੋ ਠਹਿਰ ਜਾ ਮੈਂ ਗੁੱਡੀਆਂ ਨੂੰ ਰੱਖ ਕੇ ਜਾਉ ਹੁਸ਼ਿਆਰ ਚੰਦ ਭੱਜ ਕੇ ਜਾ ਛੇਤੀ ਲਾਜੋ ਦੌੜੀ ਜਾਂਦੀ ਹੈ ਬੇਬੇ ਹੁਸ਼ਿਆਰ ਚੰਦ ਜਦੋਂ ਵੇਖੋ ਓਦੋਂ ਬਾਹਰ ਪਤਾ ਨਹੀਂ ਬੁੱਢੀਆਂ ਦੇ ਘਰ ਪੈਰ ਕਿਉਂ ਨਹੀਂ ਲੱਗਦੇ ਹੁਣ ਬੇਟਾ ਜਦੋਂ ਕੋਰਾ ਨੈਣ ਨੂੰ ਘਰੋਂ ਕੁਝ ਦੇਣ ਲਈ ਜਾਂਦੀ ਹੈ ਤਾਂ ਉਸਦੇ ਮਗਰੋਂ ਹੁਸ਼ਿਆਰ ਚੰਦ ਘਰ ਆ ਜਾਂਦਾ ਹੈ ਤਾਂ ਕੋਰਾ ਨੂੰ ਨਾ ਵੇਖ ਕੇ ਤਾ ਆਪਣੀ ਧੀ ਲਾਜੋ ਨੂੰ ਪੁੱਛਦਾ ਹੈ ਕਿ ਤੇਰੀ ਮਾਂ ਕਿੱਥੇ ਗਈ ਹੈ ਤੇ ਉਹ ਆਪਣੇ ਪਿਤਾ ਹੁਸ਼ਿਆਰਚੰਦ ਨੂੰ ਉੱਤਰ ਦਿੰਦੀ ਹੈ ਕਿ ਉਹ ਮੈਨੂੰ ਕਹਿੰਦੀ ਸੀ ਮੈਂ ਛੇਤੀ ਹੀ ਆਵਾਂਗੀ ਹੁਸ਼ਿਆਰਚੰਦ ਉਸ ਨੂੰ ਆਪਣੀ ਮਾਂ ਨੂੰ ਬੁਲਾਉਣ ਦੇ ਲਈ ਭੇਜਦਾ ਹੈ ਤਾਂ ਉਹ ਆਪਣੀ ਮਾਂ ਨੂੰ ਸੱਦਣ ਲਈ ਚਲੀ ਜਾਂਦੀ ਹੈ ਮਗਰੋਂ ਹੁਸ਼ਿਆਰਚੰਦ ਆਪਣੇ ਮਨ ਵਿੱਚ ਸੋਚਦਾ ਹੈ ਕਿ ਪਤਾ ਨਹੀਂ ਜਨਾਨੀਆਂ ਦੇ ਘਰ ਪੈਰ ਕਿਉਂ ਨਹੀਂ ਲੱਗਦੇ ਕਿਉਂਕਿ ਉਹ ਨਹੀਂ ਆਪਣੇ ਘਰ ਟਿਕ ਕੇ ਬੈਠ ਸਕਦੀਆਂ ਹੁੰ ਬੇਟਾ ਲਾਜੋ ਤੇ ਕੋਰਾ ਆਉਂਦੀਆਂ ਹਨ ਲਾਜੋ ਮਾਂ ਨੂੰ ਦੁਪੱਟੇ ਤੋਂ ਫੜੀ ਆਉਂਦੀ ਹੈ ਲੈ ਭਈਆ ਆ ਗਈ ਹੂ ਇਹ ਅੱਗੇ ਈ ਹੌਲੀ ਹੌਲੀ ਆਉਂਦੀ ਸੀ ਪਈ ਹੁਸ਼ਿਆਰ ਚੰਦ ਤੂੰ ਕਿੱਥੇ ਜਾ ਕੇ ਬਹਿ ਗਈ ਸੈਂ ਕੋਰਾ ਤੇਰੇ ਕਾਰੇ ਮੈਨੂੰ ਜ਼ਹਿਰ ਲੱਗਦੇ ਨੇ ਤੂੰ ਮੈਨੂੰ ਕੋਈ ਗੱਲ ਠੀਕ ਨਹੀਂ ਦੱਸਦਾ ਜਦੋਂ ਦੱਸਣਾ ਝੂਠ ਦੱਸਣਾ ਮੈਂ ਤੇਰੇ ਹੱਥੋਂ ਸੱਤ ਗਈਆਂ ਹੁਸ਼ਿਆਰ ਚੰਦ ਕੀ ਹੋ ਗਿਆ ਏ ਤੈਨੂੰ ਭੰਗ ਪੀਤੀਓ ਕਿ ਕੁਝ ਚੰਬੜ ਗਿਆਈ ਕਿਤੇ ਕਿਉਂ ਐਡਾ ਰੋਲਾ ਪਾਉਣ ਡਈ ਹੋਈ ਐ ਐਵੇਂ ਕੋਰਾ ਜੇ ਉਹ ਮੈਨੂੰ ਨਾ ਦੱਸਦੀ ਤਾਂ ਖਬਰ ਇਹ ਕੀ ਹੋ ਜਾਣਾ ਸੀ ਤੂੰ ਮੇਰਾ ਜੀ ਸਾਰ ਸੁੱਟਿਆ ਏ ਹੁਸ਼ਿਆਰ ਚੰਦ ਪਰ ਤੂੰ ਗੱਲ ਤਾਂ ਦੱਸ ਹੋਇਆ ਕੀ ਐ ਹੁਣ ਬੇਟਾ ਜਦੋਂ ਉਹਨੂੰ ਨੈਣ ਦੇ ਮੂਹੋਂ ਸਾਰੀ ਸੱਚਾਈ ਪਤਾ ਲੱਗ ਜਾਂਦੀ ਹੈ ਤਾਂ ਉਹ ਘਰ ਆ ਕੇ ਹੁਸ਼ਿਆਰ ਚੰਦ ਨੂੰ ਕਹਿੰਦੀ ਹੈ ਕਿ ਉਸਨੇ ਜਿਹੜਾ ਰਿਸ਼ਤਾ ਜੰਡਪੁਰੇ ਤੈਅ ਕੀਤਾ ਹੋਇਆ ਹੈ ਉਸਦੇ ਬਾਰੇ ਸੁਣ ਕੇ ਤਾਂ ਮੇਰਾ ਮਨ ਹੀ ਖਰਾਬ ਹੋ ਗਿਆ ਹੈ ਮੈਂ ਤਾਂ ਤੇਰੇ ਹੱਥੋਂ ਸੱਤ ਗਈਆਂ ਭਾਵ ਕੇ ਤੰਗ ਆ ਗਈਆਂ ਮੈਨੂੰ ਇਹ ਰਿਸ਼ਤਾ ਬਿਲਕੁਲ ਵੀ ਪਸੰਦ ਨਹੀਂ ਹੈ 9 ਪੇਜ ਨੰਬਰ 15 ਕੋਰਾ ਸੁਣ ਲੈ ਮੇਰੀ ਇੱਕੋ ਗੱਲ ਇੱਧਰ ਦਾ ਸੂਰਜ ਉੱਧਰ ਹੋ ਜਾਏ ਪਰ ਮੈਂ ਤੈਨੂੰ ਆਪਣੀ ਮੋਰਨੀ ਵਰਗੀ ਧੀ ਦਾ ਗੱਲ ਨਹੀਂ ਵੱਡਣ ਦੇਣਾ ਅਸੀਂ ਜੰਡਪੁਰੇ ਵਾਲਾ ਸਾਖ ਨਹੀਂ ਕਰਨਾ ਮੈਂ ਸਭੇ ਕੁਝ ਸੁਣ ਬੈਠੀ ਹਾਂ ਹੁਣ ਬੇਟਾ ਕੋਰਾ ਆਪਣੇ ਪਤੀ ਹੁਸ਼ਿਆਰ ਜਾਨ ਨੂੰ ਕਹਿੰਦੀ ਹੈ ਤੂੰ ਜੋ ਮਰਜ਼ੀ ਹੋ ਜਾਵੇ ਤੂੰ ਜੇ ਮਰਜ਼ੀ ਕਰ ਲੈ ਪਰ ਮੈਂ ਆਪਣੀ ਮੋਰਨੀ ਵਰਗੀ ਧੀ ਦਾ ਵਿਆਹ ਉਸ ਬੁੱਢੇ ਦੁਹਾਜੂ ਨਾਲ ਨਹੀਂ ਕਰਨਾ ਮੈਂ ਸਾਰੀ ਸੱਚਾਈ ਸੁਣਾਈ ਹਾਂ ਹੁਸ਼ਿਆ ਚੰਦ ਕਿਹੜੀ ਖਸਮਖਾਣੀ ਤੇਰੇ ਕਿਹੜੀ ਖਸਮਖਾਣੀ ਤੇਰੇ ਕੰਨ ਭਰ ਗਈਏ ਦੱਸ ਖਾਂ ਮੈਂ ਉਹਨੂੰ ਗੁੱਤੋਂ ਫੜਾਂ ਤਾਂ ਹੁਸ਼ਿਆ ਚੰਦ ਉਸਨੂੰ ਕਹਿੰਦਾ ਹੈ ਕਿ ਕੌਣ ਤੇਰੇ ਤੈਨੂੰ ਚੁਗਲੀ ਕਰਕੇ ਗਿਆ ਹੈ ਭਾਵ ਕਿ ਕੌਣ ਤੈਨੂੰ ਇਸ ਰਿਸ਼ਤੇ ਬਾਰੇ ਬੁਰਾ ਭਲਾ ਕਹਿ ਕੇ ਗਿਆ ਹੈ ਬਸ ਮੈਂ ਕਹਿ ਦਿੱਤਾ ਹੀ ਮੈਂ ਬੁੱਢੇ ਦੇ ਲੜ ਧੀ ਨਹੀਂ ਲੋਣੀ ਮੈਂ ਲੋਕਾਂ ਨੂੰ ਕੀ ਮੂੰਹ ਵਿਖਾਵਾਂਗੀ ਹੁਣ ਬੇਟਾ ਵਰਡ ਅੰਡਰਲਾਈਨ ਕਰੋ ਬੁੱਢੇ ਦੇ ਲੜ ਧੀ ਨਹੀਂ ਲੋਣੀ ਭਾਵ ਕਿ ਉਸਨੇ ਆਪਣੀ ਧੀ ਦਾ ਵਿਆਹ ਇੱਕ ਬੁੱਢੇ ਨੂੰ ਅਜੂ ਨਾਲ ਨਹੀਂ ਕਰਨਾ ਠੀਕ ਹੈ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਮੈਂ ਆਪਣੀ ਧੀ ਦਾ ਵਿਆਹ ਬੁੱਢੇ ਨਾਲ ਨਹੀਂ ਕਰਨਾ ਇਸ ਦੇ ਨਾਲ ਮੈਂ ਲੋਕਾਂ ਨੂੰ ਕੀ ਮੂੰਹ ਵਿਖਾਵਾਂਗੀ ਹੁਸ਼ਿਆਰ ਚੰਦ ਹੈ ਵੇਖੋ ਬੱਕਰੀ ਜਾਨੋ ਗਈ ਤੇ ਖਾਣ ਵਾਲਿਆਂ ਸਵਾਦ ਨਾ ਪਾਇਆ ਬੇਟਾ ਇਹਨੂੰ ਅੰਡਰਲਾਈਨ ਕਰਾਂਗੇ ਇੱਕ ਆਖਾਨ ਜਿਸ ਦਾ ਸ਼ਾਬਦਿਕ ਅਰਥ ਹੈ ਕਿ ਜਦੋਂ ਕੋਈ ਮਿਹਨਤ ਕਰਕੇ ਪ੍ਰਾਪਤ ਕੀਤੀ ਚੀਜ਼ ਦੂਸਰੇ ਨੂੰ ਪਸੰਦ ਨਾ ਆਵੇ ਤਾਂ ਇਹ ਆਖਾਣ ਵਰਤਿਆ ਜਾਂਦਾ ਹੈ ਹੁਣ ਬੇਟਾ ਇੱਥੇ ਇਸ ਲਈ ਵਰਤਿਆ ਗਿਆ ਹੈ ਕਿਉਂਕਿ ਪਹਿਲਾਂ ਤਾਂ ਮੇਲੋ ਦਾ ਰਿਸ਼ਤਾ ਨਹੀਂ ਸੀ ਤੈ ਹੁੰਦਾ ਪਰ ਜਦੋਂ ਹੁਸ਼ਿਆਰ ਚੰਨੇ ਢੂੰਡ ਤਲਾਸ਼ ਕੇ ਰਿਸ਼ਤਾ ਤੈ ਕੀਤਾ ਹੈ ਤਾਂ ਉਸ ਦੀ ਪਤਨੀ ਕੋਰਾਂ ਨੂੰ ਇਹ ਰਿਸ਼ਤਾ ਨਹੀਂ ਪਸੰਦ ਮੈਂ ਢੂੰਡ ਤਲਾਸ਼ ਵਿੱਚ ਖੱਪ ਗਿਆ ਤੇ ਜੇ ਹੁਣ ਮਰ ਕੇ ਸਾਖ ਲੱਭਿਆ ਹੈ ਤਾਂ ਉਲਟਾ ਮੇਰੇ ਸਿਰ ਹੋਣ ਦਹੀ ਹੈ ਕਿ ਭਾਵ ਮੈਂ ਪਹਿਲਾਂ ਇੰਨੀ ਮੁਸ਼ਕਲ ਨਾਲ ਰਿਸ਼ਤਾ ਲੱਭਿਆ ਹੈ ਤੇ ਹੁਣ ਤੇਰੇ ਪਸੰਦ ਨਹੀਂ ਹੈ ਕੋਰਾ ਮੇਥੋਂ ਇਹ ਨਮੋਸ਼ੀ ਨਹੀਂ ਜਰੀ ਜਾਂਦੀ ਨਮੋਸ਼ੀ ਭਾ ਸ਼ਰਮਿੰਦਗੀ ਕਿੱਦਾਂ ਮੂੰਹ ਵਿਖਾਵਾਂਗੇ ਅਸੀਂ ਕਿਤੇ ਤੂੰ ਮੈਨੂੰ ਪਹਿਲਾਂ ਹੀ ਕਿਉਂ ਨਹੀਂ ਠੀਕ ਦੱਸਿਆ ਮੈਂ ਇਹ ਸਾਖ ਕਦੀ ਨਹੀਂ ਮੰਨਣਾ ਕਿੰਦੀ ਕਿ ਮੈਂ ਇਹ ਲੋਕਾਂ ਦੇ ਸਾਹਮਣੇ ਸ਼ਰਮਿੰਦਗੀ ਦਾ ਸਾਹਮਣਾ ਨਹੀਂ ਕਰ ਸਕਦੀ ਕਿਵੇਂ ਕਰਾਂਗੀ ਮੈਂ ਸ਼ਰਮਿੰਦਗੀ ਦਾ ਸਾਹਮਣਾ ਤੂੰ ਮੈਨੂੰ ਪਹਿਲਾਂ ਹੀ ਇਸ ਰਿਸ਼ਤੇ ਬਾਰੇ ਠੀਕ ਕਿਉਂ ਨਹੀਂ ਦੱਸਿਆ ਮੈਂ ਕਦੇ ਵੀ ਇਸ ਰਿਸ਼ਤੇ ਲਈ ਹਾਂ ਨਹੀਂ ਕਰਨੀ ਸੀ ਹੁਸ਼ਿਆਰ ਚੰਦ ਚੰਗਾ ਨਹੀਂ ਮੰਨਣਾ ਤਾਂ ਨਾ ਮੰਨ ਗੱਲ ਤੇਰੇ ਉੱਤੇ ਨਹੀਂ ਅੜੀ ਬੈਠੀ ਅੜੀ ਬੈਠੀ ਮੀਨਸ ਟਿੱਗੀ ਅਣੀ ਟਿੱਕੀ ਮੈਂ ਆਪਣਾ ਫਾਇਦਾ ਵੇਖਾਂ ਕਿ ਤੈਨੂੰ ਮਨਾਉਂਦਾ ਫਿਰਾਂ ਮੈਨੂੰ ਪਤਾ ਸੀ ਕਿ ਤੂੰ ਇਵੇਂ ਹੀ ਕਰਨਾ ਏ ਤੇ ਇਹਦਾ ਬੰਦੋਬਸਤ ਮੈਂ ਪਹਿਲਾਂ ਹੀ ਕਰ ਲਿਆ ਹੋਇਆ ਏ ਤੂੰ ਹੁਣ ਮਨ ਭਾਵੇਂ ਨਾ ਮਨ ਮੈਂ ਸ਼ਗਨ ਅੱਗੇ ਹੀ ਪੇਜ ਛੱਡਿਆ ਹੋਇਆ ਏ ਤੇ ਵਿਆਹ ਦੀਆਂ ਤਿਆਰੀਆਂ ਵੀ ਸਾਰੀਆਂ ਠੀਕ ਠਾਕ ਨੇ ਮਰਦ ਜਨਾਨੀਆਂ ਦੀਆਂ ਸਲਾਹਾਂ ਲੈਣ ਲੱਗਣ ਤਾਂ ਢੇਰ ਪੂਰੀਆਂ ਪਾਉਣ ਹੁਣ ਹੁਸ਼ਿਆਰ ਚੰਨ ਬੇਟਾ ਆਪਣੀ ਪਤਨੀ ਨੂੰ ਕੋਰਾਂ ਨੂੰ ਕਹਿੰਦਾ ਹੈ ਕਿ ਤੂੰ ਇਸ ਰਿਸ਼ਤੇ ਨੂੰ ਭਾਵੇਂ ਮਨ ਆਵੇਂ ਨਾ ਮੈਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ ਸਾਰਾ ਬੰਦੋਬਸਤ ਇੰਤਜ਼ਾਮ ਫਾਇਦਾ ਲਾਭ ਕਿ ਮੈਂ ਸਾਰਾ ਬੰਦੋਬਸਤ ਕਰ ਲਿਆ ਹੋਇਆ ਹੈ ਸਿਰਫ ਮੈਂ ਤੇਰੇ ਉੱਤੇ ਹੀ ਗੱਲ ਨਹੀਂ ਸੁਟੀ ਕਿ ਜੇ ਮਰਦ ਜਨਾਨੀਆਂ ਦੀਆਂ ਸਲਾਹਾਂ ਕਿਸੇ ਘਰ ਦੇ ਕੰਮਕਾਜ ਲਈ ਔਰਤਾਂ ਦੀ ਸਲਾਹਾਂ ਲੈਣ ਤਾਂ ਕਦੇ ਵੀ ਕੰਮ ਸਿਰੇ ਨਹੀਂ ਚੜ ਸਕਦੇ ਇਸ ਲਈ ਮੈਂ ਤੇਰੇ ਉੱਤੇ ਕੁਝ ਵੀ ਨਹੀਂ ਛੱਡਿਆ ਹੋਇਆ ਕੋਰਾ ਵਿਆਹ ਦੇ ਫਿਰ ਜਿਹੜੀ ਮਾਣੂ ਵਿਹੁਣਾ ਹੀ ਮੈਂ ਮੈਲੋਂ ਨੂੰ ਲੈ ਕੇ ਕੱਲ ਪੇਕੇ ਚਲੀ ਜਾਵਾਂਗੀ ਤੇ ਮੋੜ ਤੇਰਾ ਕਦੀ ਮੂੰਹ ਨਾ ਵੇਖਾਂਗੀ ਹੁਣ ਬੇਟਾ ਕੋਰਾ ਆਪਣੇ ਪਤੀ ਹੁਸ਼ਿਆਰ ਚੰਦ ਨੂੰ ਕਹਿੰਦੀ ਹੈ ਕਿ ਮੈਂ ਇਸ ਰਿਸ਼ਤੇ ਤੋਂ ਕਦੇ ਵੀ ਹਾਂ ਨਹੀਂ ਕਰਨੀ ਤੇ ਮੈਂ ਮੈਲੋਂ ਨੂੰ ਲੈ ਕੇ ਆਪਣੇ ਪੇਕੇ ਚਲੀ ਜਾਵਾਂਗੀ ਤਾਂ ਕਦੇ ਵੀ ਇੱਥੇ ਨਹੀਂ ਆਵਾਂਗੀ ਹੁਸ਼ਿਆਰ ਚੰਦ ਵਾਹ ਵਾਹ ਕੱਲ ਜਾਂਦੀ ਤੂੰ ਮੇਰੇ ਵੱਲੋਂ ਅੱਜ ਹੀ ਚਲੀ ਜਾ ਸਭੋਂ ਚੰਗਾ ਜਾਂ ਜੋ ਆਉਣ ਵਾਲੀ ਏ ਤੇ ਲਾਵਾਂ ਅੱਜ ਰਾਤ ਹੀ ਹੋ ਜਾਣੀਆਂ ਨੇ ਜਾ ਸੋ ਵਾਰੀ ਜਾ ਹੁਣ ਤੈਨੂੰ ਜਣਦਿਆਂ ਦੀ ਸੁਗੰਧ ਦੀ ਜੇ اٹਕੇ ਤਾਂ ਜਾ ਜਾ ਹੁਣ ਪਾਂਦਾ ਨਾ ਪੁੱਛ ਹੁਣ ਬੇਟਾ ਜਦੋਂ ਹੁਸ਼ਿਆਰ ਚੰਦ ਕੋਰਾ ਦਾ ਜਵਾਬ ਦਿੰਦਾ ਹੈ ਤੋ ਉਹਨੂੰ ਕਹਿੰਦਾ ਹੈ ਤੂੰ ਕੱਲ ਕੀ ਜਾਣਾ ਹੈ ਤੂੰ ਅੱਜ ਹੀ ਚਲੇ ਜਾ ਹੁਣ ਤੈਨੂੰ ਤੇਰੇ ਜਨਮ ਦੇਣ ਵਾਲਿਆਂ ਦੀ ਸੌਂ ਹੈ ਜੇ ਤੂੰ ਨਾ ਜਾਵੇਂ ਜਣਦਿਆਂ ਦੀ ਸੁਗੰਧ ਜਨਮ ਦੇਣ ਵਾਲਿਆਂ ਦੀ ਸੌਂ ਕਹਿੰਦਾ ਹੁਣ ਤੂੰ ਜਾਣਾ ਏ ਤਾਂ ਹੁਣੇ ਹੀ ਚਲੀ ਜਾ ਤੇ ਹੁਣ ਤੂੰ ਪੰਦਾ ਨਾ ਮੁਸ਼ ਪੰਦਾ ਭਾਵ ਕੀ ਹੁਣ ਤੂੰ ਰਸਤਾ ਨਾ ਪੁੱਛ ਕੋਰਾ ਹਾਈਵੇ ਮੈਂ ਤਾਂ ਜਿਉਂਦੀ ਮਰ ਗਈ ਨਿੱਜ ਤੇਰੇ ਲੜ ਲੱਗਦੀ ਮੈਂ ਫਾਹ ਲੈ ਲਉ ਤੇਰੇ ਸਿਰ ਚੜ ਕੇ ਮਰ ਜਾਉ ਇਸ ਵੇਲੇ ਮੈਲੋਂ ਉਮਦੀ ਹੈ ਤੇ ਦਰਵਾਜ਼ੇ ਪਿੱਛੇ ਲੁੱਕ ਕੇ ਇਹ ਗੱਲਾਂ ਸੁਣਦੀ ਹੈ ਤੂੰ ਵੀ ਆਪਣੀ ਆਈ ਕਰ ਲੈ ਹਾਈਵੇ ਹਨੇਰ ਜੇ ਹੁਣ ਬੇਟਾ ਵਰਡ ਅੰਡਰਲਾਈਨ ਕਰੋ ਫਹਾ ਫਹਾ ਲੈਲੂ ਮੀਨਸ ਕੀ ਆਤਮ ਹੱਤਿਆ ਕਰ ਲੂ ਮੈਂ ਆਤਮਕਾਤ ਕਰ ਲੂੰਗੀ ਕੌਣ ਕਹਿੰਦੀ ਹੈ ਕੋਰਾ ਆਪਣੀ ਆਈ ਕਰ ਲੈ ਆਪਣੀ ਆਈ ਕਰਨਾ ਮੀਨਸ ਮਨਮਰਜ਼ੀ ਕਰਨਾ ਹਨੇਰ ਜੇ ਹਨੇਰ ਜੇ ਮੀਨਸ ਇਹ ਸਾਥੇ ਮਾੜਾ ਸਮਾ ਜਾਂ ਮਾੜੀ ਕੜੀ ਹੁਣ ਜਦੋਂ ਹੁਸ਼ਿਆਰ ਜੰਦੂਸ ਨੂੰ ਕਹਿੰਦਾ ਹੈ ਕਿ ਤੂੰ ਕੱਲ ਜਾਣਾ ਹੈ ਤੂੰ ਅੱਜ ਹੀ ਜਾ ਠੀਕ ਹੈ ਤਾਂ ਉਸ ਸਮੇਂ ਕੋਰਾ ਕਹਿੰਦੀ ਹੈ ਕਿ ਮੈਂ ਤਾਂ ਜਿਉਂਦੀ ਮਰ ਗਈ ਮੈਂ ਤੇਰੇ ਲਾੜੀ ਨਾ ਲੱਗਦੀ ਕਿ ਮੇਰਾ ਤੇਰੇ ਨਾਲ ਵਿਆਹ ਹੀ ਨਾ ਹੁੰਦਾ ਮੈਂ ਫਾ ਲੈ ਲੂੰਗੀ ਕਹਿੰਦੀ ਮੈਂ ਮਰ ਜਾਊਂਗੀ ਪਰ ਉਸ ਥਾਂ ਤੇ ਆਪਣੀ ਧੀ ਦਾ ਰਿਸ਼ਤਾ ਨਹੀਂ ਕਰਾਂਗੀ ਇੰਨੀ ਦੇਰ ਨੂੰ ਬੇਟਾ ਮੇਲੋ ਜੋ ਕਿ ਪੰਡਤਾਣੀ ਵੱਲ ਗਈ ਹੁੰਦੀ ਹੈ ਉਹ ਵੀ ਦਰਵਾਜ਼ੇ ਪਿੱਛੇ ਲੁੱਕ ਕੇ ਆਪਣੇ ਮਾਪਿਆਂ ਦੀਆਂ ਗੱਲਾਂ ਸੁਣ ਲੈਂਦੀ ਹੈ ਹੋਸ਼ਿਆਰ ਚੰਦ ਵੇਖੋ ਜੀ ਨਿਹੱਕ ਛਾੜਾ ਪਾਇਆ ਹੋਇਆ ਜੇ ਨੇ ਹੱਕ ਸ਼ਾੜਾ ਅੰਡਰਲਾਈਨ ਕਰਾਂਗੇ ਮੀਨਸ ਫਜ਼ੂਲ ਦੀ ਲੜਾਈ ਕਿਥੋਂ ਜਾਨਵਰਾਂ ਨਾਲ ਵਾ ਪੈ ਗਿਆ ਏ ਵਾ ਪੈਣਾ ਵਾਸਤਾ ਪੈਣਾ ਹੁਣ ਹੁਸ਼ਿਆਰ ਚਨ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਤੂੰ ਤਾਂ ਫਜ਼ੂਲ ਦੀ ਲੜਾਈ ਸ਼ੁਰੂ ਕੀਤੀ ਹੋਈ ਹੈ ਕਿਥੋਂ ਮੇਰਾ ਤੇਰੇ ਨਾਲ ਵਾ ਪੈ ਗਿਆ ਹੈ ਹੁਣ ਉਸਨੇ ਕੋਰਾ ਨੂੰ ਜਾਨਵਰਾਂ ਦੇ ਨਾਲ ਸੰਬੋਧਨ ਕੀਤਾ ਹੈ ਕਿ ਜਾਨਵਰਾਂ ਦੇ ਨਾਲ ਮੇਰਾ ਵਾ ਪੈ ਗਿਆ ਹੈ ਨਾਓ ਪੇਜ ਨੰਬਰ 16 ਕੋਰਾ ਬਸ ਇੱਕ ਤੂੰ ਹੀ ਚਤਰਾ ਰਹਿ ਗਿਆ ਏ ਖਬਰ ਏ ਤੇਰੀਆਂ ਚਤਰਾਇਆਂ ਕੀ ਚੰਦ ਚਾੜਨਾ ਏ ਲੋਕ ਲਾਜ ਤੈਨੂੰ ਨਾ ਸ਼ਰਮ ਹਯਾ ਤੈਨੂੰ ਨਾ ਤੈਨੂੰ ਤਾਂ ਆਪਣੇ ਸਾਕਾਂ ਅੰਗਾਂ ਦੀ ਵੀ ਸ਼ਰਮ ਨਹੀਂ ਹੁਣ ਬੇਟਾ ਇਹਨਾਂ ਲਾਈਨਾਂ ਨੂੰ ਅਸੀਂ ਅੰਡਰਲਾਈਨ ਕਰਾਂਗੇ ਚਤਰਾ ਚਲਾਕ ਖਬਰ ਏ ਮੇਸਤੀ ਪਤਾ ਨਹੀਂ ਚਤਰਾਇਆਂ ਚਲਾਕੀਆਂ ਚੰਦ ਚਾੜਨਾ ਮਾੜਾ ਕੰਮ ਕਰਨਾ ਜਾਂ ਕੋਈ ਬੇਇੱਜ਼ਤੀ ਵਾਲਾ ਕੰਮ ਕਰਨਾ ਸਾਕਾਂ ਅੰਗਾ ਰਿਸ਼ਤੇਦਾਰਾਂ ਕੋਰਾ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਇੱਕ ਤੂੰ ਹੀ ਚਲਾਕ ਵਿਅਕਤੀ ਰਹਿ ਗਿਆ ਹੈ ਪਤਾ ਨਹੀਂ ਤੇਰੀਆਂ ਚਲਾਕੀਆਂ ਨੇ ਹੋਰ ਕੀ ਚੰਦ ਚਾੜਨਾ ਹੈ ਕਿ ਹੋਰ ਕਿਹੜਾ ਕੋਈ ਮਾੜਾ ਕੰਮ ਬੇਇੱਜ਼ਤੀ ਵਾਲਾ ਕੰਮ ਕਰਨਾ ਹੈ ਤੈਨੂੰ ਤਾਂ ਦੁਨੀਆਦਾਰੀ ਅਤੇ ਆਪਣੇ ਰਿਸ਼ਤੇਦਾਰਾਂ ਮੇਂ ਸ਼ਰਮ ਰਿਸ਼ਤੇਦਾਰਾਂ ਦੀ ਵੀ ਸ਼ਰਮ ਨਹੀਂ ਹੈ ਹੁਸ਼ਿਆਰ ਚੰਦ ਐਵੇਂ ਬੱਕੜਵਾ ਨਾ ਕਰੀ ਜਾ ਬੱਕੜਵਾ ਫਜ਼ੂਲ ਬੋਲਣਾ ਸੁਣ ਧਿਆਨ ਨਾਲ ਮੇਰੀ ਗੱਲ ਸੁਣ ਮੈਂ ਜੋ ਕੁਝ ਕੀਤਾ ਆਪਣੇ ਫਾਇਦੇ ਲਈ ਕੀਤਾ ਹੈ ਹੁਸ਼ਿਆਰ ਚੰਦ ਉਸ ਨੂੰ ਕਹਿੰਦਾ ਹੈ ਕਿ ਐਵੇਂ ਫਜ਼ੂਲ ਗੱਲਾਂ ਨਾ ਕਰ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਕਿਉਂਕਿ ਮੈਂ ਜੋ ਵੀ ਕੀਤਾ ਹੈ ਉਸ ਦੇ ਪਿੱਛੇ ਕੋਈ ਨਾ ਕੋਈ ਗੱਲ ਜ਼ਰੂਰ ਹੈ ਉਸ ਦੇ ਪਿੱਛੇ ਕੋਈ ਨਾ ਕੋਈ ਲਾਭ ਜ਼ਰੂਰ ਹੈ ਕੋਰਾ ਸਵਾ ਤੇ ਮਿੱਟੀ ਹੁਸ਼ਿਆਚੰਦ ਪਾਗਲ ਹੋ ਗਈ ਹੈ ਤੂੰ ਸਿਰ ਫਿਰ ਗਿਆ ਹੀ ਤੇਰਾ ਸੁਣ ਸੁਖ ਨਾਲ ਦੋ ਕੁੜੀਆਂ ਵਿਆਹਣ ਬੂਹੇ ਬੈਠੀਆਂ ਨਹੀਂ ਹੁਸ਼ਿਆਚੰਦ ਗੁੱਸੇ ਵਿੱਚ ਆ ਜਾਂਦਾ ਹੈ ਤੇ ਆਪਣੀ ਪਤਨੀ ਨੂੰ ਕਹਿ ਰਿਹਾ ਕੋਹਰਾ ਨੂੰ ਕਹਿੰਦਾ ਹੈ ਕਿ ਤੇਰਾ ਦਿਮਾਗ ਫਿਰ ਗਿਆ ਹੈ ਸੁਖ ਨਾਲ ਦੋ ਕੁੜੀਆਂ ਮੇਲੋ ਅਤੇ ਲਾਜੋ ਦੋਵੇਂ ਧੀਆਂ ਵਿਆਹਣ ਵਾਲੀਆਂ ਘਰ ਬੈਠੀਆਂ ਹੋਈਆਂ ਨੇ ਬੂਹੇ ਬੂਹੇ ਬੈਠੀਆਂ ਨਹੀਂ ਦੋ ਧੀਆਂ ਘਰ ਵਿਆਹ ਕਰਨ ਲਈ ਬੈਠੀਆਂ ਆਈਆਂ ਨੇ ਭਾਵੇਂ ਦੋ ਤੀਆਂ ਦਾ ਸੀ ਵਿਆਹ ਕਰਨਾ ਹੈ ਕੋਰਾ ਫੇਰ ਹੁਸ਼ਿਆਰ ਚੰਦ ਤੇ ਸਾਰੀ ਉਮਰ ਖਾਨ ਲਈ ਪਈਉ ਕੋਰਾ ਫੇਰ ਹੁਸ਼ਿਆਰ ਚੰਦ ਤੇ ਕਰਜ਼ੇ ਵਾਲਿਆਂ ਨੇ ਗੱਲ ਗੂਠਾ ਦਿੱਤਾ ਹੋਇਆ ਈ ਗੱਲ ਗੂਠਾ ਦਿੱਤਾ ਹੋਇਆ ਅਰਥ ਹੈ ਪਰੇਸ਼ਾਨ ਕੀਤਾ ਹੋਇਆ ਕਿੰਨੇ ਪਰੇਸ਼ਾਨ ਕੀਤਾ ਹੈ ਕਰਜ਼ਾ ਲੈਣ ਵਾਲਿਆਂ ਨੇ ਇੱਥੋਂ ਕੀ ਪਤਾ ਲੱਗਦਾ ਹੈ ਕੋਰਾ ਉਸਨੇ ਕਰਜ਼ਾ ਵੀ ਚੁੱਕਿਆ ਹੋਇਆ ਹੈ ਕੋਰਾ ਫੇਰ ਹੁਸ਼ਿਆਰ ਚੰਦ ਰਹਿੰਦੀ ਖੁੰਦੀ ਰੀਣੀ ਚੁਣੀ ਵੀ ਕੁਰਕ ਕਰਾ ਲੈਣਗੇ ਰਹਿੰਦੀ ਖੁੰਦੀ ਬਚੀ ਖੂਚੀ ਕੁਰਕ ਕਰਾ ਲੈਣਗੇ ਭਾਵ ਨਿਲਾਮ ਕਰਾ ਲੈਣਗੇ ਕੋਰਾ ਫੇਰ ਹੁਸ਼ਿਆਰ ਚੰਦ ਤੇ ਤੇਰੇ ਘਰ ਤਾਂ ਰਾਤ ਦੇ ਖਾਣ ਜੋਗਾ ਵੀ ਨਹੀਂ ਹੈਗਾ ਕੋਰਾ ਫੇਰ ਹੁਸ਼ਿਆਰ ਚੰਦ ਫੇਰ ਕੀ ਮੈਂ ਤਾਂ ਉਹ ਹੀਲਾ ਸੋਚਿਆ ਸੀ ਜੇ ਦੇ ਨਾਲ ਸੱਪ ਵੀ ਮਰ ਜਾਏ ਤੇ ਸੋਟਾ ਵੀ ਨਾ ਟੁੱਟੇ ਹੁਣ ਬੇਟਾ ਘਰ ਦੇ ਖਾਨ ਜੋਗਾ ਕੁਝ ਵੀ ਨਹੀਂ ਹੈਗਾ ਇਸ ਲਾਈਨ ਤੋਂ ਸਾਨੂੰ ਉਸਦੀ ਆਰਥਿਕ ਤੰਗੀ ਬਾਰੇ ਪਤਾ ਚੱਲ ਰਿਹਾ ਹੈ ਕਿ ਉਹਨਾਂ ਦੇ ਘਰ ਵਿੱਚ ਕਿੰਨੀ ਕੁ ਆਰਥਿਕ ਤੰਗੀ ਹੈ ਹੀਲਾ ਟੰਗ ਸੱਪ ਵੀ ਮਰ ਜਾਏ ਤੇ ਸੋਟਾ ਵੀ ਨਾ ਟੁੱਟੇ ਇਸ ਨੂੰ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਕੰਮ ਵੀ ਹੋ ਜਾਵੇ ਤੇ ਨੁਕਸਾਨ ਮੀਨਾ ਹੋਵੇ ਹੁਣ ਬੇਟਾ ਇਸ ਵਿੱਚ ਉਸਨੇ ਜਦੋਂ ਉਹਨੇ ਕਿਹਾ ਕਿ ਨਾ ਮੈਂ ਕੋਈ ਨਾ ਕੋਈ ਇਹਦੇ ਵਿੱਚ ਲਾਭ ਜ਼ਰੂਰ ਹੈ ਪਹਿਲਾਂ ਦੇਖੋਗੇ ਉਹਨੇ ਕਿਹਾ ਕਿ ਮੇਰੇ ਘਰ ਦੋ ਧੀਆਂ ਵਿਆਉਣ ਵਾਲੀਆਂ ਨੇ ਠੀਕ ਹੈ ਦੂਸਰਾ ਉਹਨੇ ਕਿਹਾ ਕਿ ਜਿੰਨਾ ਤੋਂ ਮੈਂ ਕਰਜ਼ਾ ਲਿਆ ਆ ਉਹਨਾਂ ਨੇ ਮੈਨੂੰ ਪਰੇਸ਼ਾਨ ਕੀਤਾ ਆ ਇੱਕ ਬੇਟਾ ਉਹਨੇ ਕਿਹਾ ਕਿ ਜਿਹੜੀ ਸਾਡੀ ਰਹਿੰਦੀ ਹੁੰਦੀ ਜ਼ਮੀਨ ਜਾਇਦਾਦ ਆ ਨਾ ਉਹਨੂੰ ਵੀ ਅਸੀਂ ਨਿਲਾਮ ਕਰਾ ਲਵਾਂਗੇ ਫਿਰ ਉਹਨੇ ਕਿਹਾ ਆਰਥਿਕ ਤੰਗੀ ਕਿ ਸਾਡੇ ਕੋਲ ਆਰਥਿਕ ਤੰਗੀ ਵੀ ਹੈ ਜਿਸ ਤੋਂ ਵੀ ਅਸੀਂ ਮੁਕਤੀ ਪਾ ਸਕਦੇ ਹਾਂ ਇਸ ਸਬਦੇ ਲਈ ਉਸਨੇ ਇੱਕ ਅਜੀਹਾਂ ਹੀਲਾ ਢੰਗ ਸੋਚਿਆ ਹੈ ਜਿਦੇ ਨਾਲ ਕੰਮ ਵੀ ਹੋ ਜਾਵੇਗਾ ਤੇ ਸਾਡਾ ਨੁਕਸਾਨ ਵੀ ਹੋ ਜਾਵੇ ਨੁਕਸਾਨ ਵੀ ਨਹੀਂ ਹੋਵੇਗਾ ਕੋਰਾ ਮੈਂ ਤੇਰੀ ਗੱਲ ਨਹੀਂ ਸਮਝੀ ਹੁਣ ਕੋਰਾ ਨੂੰ ਇੰਨਾਂ ਗੱਲਾਂ ਦੀ ਕੁਝ ਵੀ ਸਮਝ ਨਹੀਂ ਪੈਂਦੀ ਹੁਸ਼ਿਆ ਚੰਦ ਤਦੇ ਤਾਂ ਮੈਂ ਕਹਿੰਨਾ ਭਈ ਤੂੰ ਬੇਫਕੂਫ ਹੈ ਹੋਰ ਬੇਫਕੂਫਾਂ ਦੇ ਇਸੇ ਕੋਈ ਸਿੰਘ ਹੁੰਦੇ ਨੇ ਕੋਰਾ ਫੇਰ ਵੱਲ ਕਿਉਂ ਪੋਨਾ ਹੈ ਸਿੱਧੀ ਗੱਲ ਕਿਉਂ ਨਹੀਂ ਕਰਦਾ ਕੋਰਾ ਜਦੋਂ ਉਸਦੀ ਗੱਲ ਦੀ ਕੋਈ ਸਮਝ ਨਹੀਂ ਆਉਂਦੀ ਤਾਂ ਉਸ ਨੂੰ ਬੇਫੂਫ ਕਹਿੰਦਾ ਹੈ ਇਥੋਂ ਤੱਕ ਕਿ ਕੋਰਾ ਉਸ ਨੂੰ ਕਹਿੰਦੀ ਹੈ ਕਿ ਜੇ ਤੈਨੂੰ ਸਭ ਕੁਝ ਪਤਾ ਹੈ ਤਾਂ ਫਿਰ ਤੂੰ ਘੁਮਾ ਕੇ ਗੱਲ ਕਿਉਂ ਕਰਦਾ ਹੈ ਤੂੰ ਮੈਨੂੰ ਸਿੱਧੀ ਗੱਲ ਕਿਉਂ ਨਹੀਂ ਦੱਸਦਾ ਹੁਸ਼ਿਆਰ ਚੰਦ ਮੈਂ ਪੁੱਛਣਾ ਇਹ ਸਾਰਾ ਖਰਚ ਕਿੱਥੋਂ ਕਰਨਾ ਈ ਕੋਰਾ ਮੈਂ ਕੀ ਜਾਣਾਂ ਕਿੱਥੋਂ ਹੁਸ਼ਿਆਰ ਚੰਦ ਤਾਂ ਦੇ ਐਡਾ ਰੋਲਾ ਪਾਉਣ ਨਹੀਂ ਹੋਈ ਹੈ ਠਹਿਰ ਕੋਠੜੀ ਦੇ ਅੰਦਰ ਜਾਂਦਾ ਹੈ ਰੁਪਈਆ ਦੀ ਥੈਲੀ ਲਿਆ ਕੇ ਉਹਦੇ ਪੈਰਾਂ ਕੋਲ ਸੁੱਟਦਾ ਹੈ ਵੇਖ ਫਾਹ ਨਾ ਲੈ ਇਹ ਲੈ ਫਾਹ ਨਾ ਲੈ ਮੀਨਸ ਮਾਰਨਾ ਤੂੰ ਆਤਮ ਹਕਾਤ ਨਾ ਕਰ ਹੁਣ ਬੇਟਾ ਜਦੋਂ ਨੇ ਕਿਹਾ ਕਿ ਧੀਆਂ ਵੀ ਵਿਆਉਣ ਵਾਲੀਆਂ ਨੇ ਕਰਜ਼ਾ ਵੀ ਦੇਣ ਵਾਲਾ ਹੈ ਤੇ ਜਿਹੜੀ ਜ਼ਮੀਨ ਹੈ ਉਹ ਵੀ ਨਿਲਾਮ ਹੋਣ ਵਾਲੀ ਹੈ ਤੇ ਏ ਕੋ ਨੇ ਕਿਹਾ ਕਿ ਜਿਸ ਤਾਂ ਕਿ ਉਸ ਉੱਪਰ ਪੜ ਚੁੱਕੇ ਆ ਕਿ ਆਰਥਿਕ ਤੰਗੀ ਵੀ ਹੈ ਤੇ ਇਹਨੂੰ ਸਭ ਨੂੰ ਅਸੀਂ ਕਿਵੇਂ ਦੂਰ ਕਰ ਸਕਦੇ ਹਾਂ ਠੀਕ ਹੈ ਉਸ ਲਈ ਉਹਨੂੰ ਸਮਝੌਂਦਾ ਹੈ ਸਮਝੌਂਦਾ ਕਿਸ ਤਰ੍ਹਾਂ ਸਮਝੌਂਦਾ ਕਿ ਉਹ ਅੰਦਰ ਜਾਂਦਾ ਹੈ ਤੇ ਇੱਕ ਪੈਸਿਆਂ ਦੀ ਥੈਲੀ ਲਿਆਉਂਦਾ ਹੈ ਤੇ ਉਹਦੇ ਸਾਹਮਣੇ ਰੱਖ ਦਿੰਦਾ ਹੈ ਕੋਰਾ ਥੈਲੀ ਨੂੰ ਟਿਕ ਟਿਕੀ ਬੰਨੀ ਵੇਖਦੀ ਹੈ ਰੁਪਈਏ ਟਿਕ ਟਿਕੀ ਬੰਨੀ ਵੇਖਣਾ ਲਗਾਤਾਰ ਵੇਖਣਾ ਹੁਸ਼ਿਆਰ ਚੰਦ ਹਾਂ ਰੁਪਈਏ ਕੋਰਾ ਕਿੱਥੋਂ ਹੋਨ ਬੇਟਾ ਜਦੋਂ ਹੁਸ਼ਿਆਰ ਚੰਦ ਉਸ ਨੂੰ ਰੁਪਈਆਂ ਵਾਲੀ ਥੈਲੀ ਲਿਆ ਕੇ ਵਿਖਾਉਂਦਾ ਹੈ ਤਾਂ ਕੋਰਾ ਆਵਾਕ ਰਹਿ ਜਾਂਦੀ ਹੈ ਟਿਕ ਟਿਕੀ ਲਗਾ ਕੇ ਉਹਨਾਂ ਪੈਸਿਆਂ ਵੱਲ ਵੇਖਦੀ ਹੈ ਤੇ ਹੁਸ਼ਿਆਰ ਚੰਦ ਨੂੰ ਉਹਨਾਂ ਪੈਸਿਆਂ ਦੇ ਬਾਰੇ ਪੁੱਛਦੀ ਹੈ ਸੋ ਬੇਟਾ ਅਸੀਂ ਕਾਂਗੀ ਸੁਆਗ ਦਾ ਪੰਨਾ ਨੰਬਰ 14 15 ਅਤੇ 16 ਦੀ ਰੀਡਿੰਗ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਆਪਣੇ ਆਪ ਰੀਡ ਕਰੋਗੇ ਤਾਂ ਜੋ ਚੰਗੀ ਤਰ੍ਹਾਂ ਸਮਝ ਸਕੋ ਟੈਲ them good bye